ਰਾਜਪੁਰਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਨਾਭਾ ਥਰਮਲ ਪਲਾਂਟ ਲਿਮਟਿਡ ਅਤੇ ਟ੍ਰੈਫਿਕ ਪੁਲਿਸ ਰਾਜਪੁਰਾ ਦੀ ਅਗਵਾਈ ਦੇ ਵਿੱਚ ਰਾਤ ਨੂੰ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਣ ਦੇ ਲਈ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ 'ਤੇ ਡਿਸਟ੍ਰਿਕਟ ਇੰਚਾਰਜ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਗੁਰਬਚਨ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਵਾਢੀ ਦਾ ਸੀਜ਼ਨ ਹੈ, ਇਸ ਨੂੰ ਮੁੱਖ ਰੱਖਦੇ ਹੋਏ ਹੀ ਇਹ ਮੁਹਿੰਮ ਚਲਾਈ ਗਈ ਹੈ। ਉਹਨਾਂ ਕਿਹਾ ਕਿ ਸਾਲ ਦੇ ਵਿੱਚ 2 ਵਾਰ ਅਜਿਹੀ ਮੁਹਿੰਮ ਚਲਾਈ ਜਾਂਦੀ ਹੈ। ਖਾਸ ਤੌਰ 'ਤੇ ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਰਿਫਲੈਕਟਰ ਲਗਾ ਕੇ ਕਵਰ ਕੀਤਾ ਜਾਂਦਾ। ਇਸ ਮੌਕੇ 'ਤੇ ਹੋਰ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਡਿਸਟ੍ਰਿਕਟ ਇੰਚਾਰਜ ਜੋਗਿੰਦਰ ਸਿੰਘ ਅਤੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ, ਆਓ ਸੁਣਦੇ ਹਾਂ। ਰਿਫਲੈਕਟਰ ਲਾਉਣ ਦਾ ਫਾਰਮ ਲਿਖਿਆ ਗਿਆ, ਕੀ ਕੁਝ ਜਾਣਕਾਰੀ ਇਹਦੇ ਵਿੱਚ? ਇਹ ਨਾਭਾ ਪਾਵਰ ਲਿਮਟਿਡ ਜੋ ਸਾਡੇ ਯੂਥ ਸਾਡੇ ਭਰਾਵਾਂ ਨੇ ਰੋਡ 'ਤੇ ਸੇਫਟੀ ਨੂੰ ਮੁੱਖ ਰੱਖਦੇ ਹੋਏ ਇਹ ਰੋਡ ਦੀਆਂ ਸੇਫਟੀਆਂ ਵਾਸਤੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਨਾ, ਅਸੀਂ ਬੜਾ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਯੂਥ ਪਾਵਰ ਦੇ ਮੈਂਬਰ ਵੀ ਸਾਡੇ ਪਰਮਿੰਦਰ ਵੀਰ ਹੋਰੀ ਅਤੇ ਭਲਵਾਨ ਜੀ ਹੋਰੀ, ਇਹਨਾਂ ਨੇ ਵਿਸ਼ੇਸ਼ ਤੌਰ 'ਤੇ ਇਹਨਾਂ ਨੇ ਸਮਾਂ ਦਿੱਤਾ। ਅਤੇ ਇਹਨਾਂ ਸੀਜ਼ਨ ਦੇ ਸਮੇਂ ਦੇ ਵਿੱਚ ਐਕਸੀਡੈਂਟ ਦੇ ਕਾਰਨ ਬਣਦੇ ਨੇ ਕਾਫੀ, ਇਹੀ ਕਰਕੇ ਕਿ ਰਾਤ ਨੂੰ ਕੋਈ ਚੀਜ਼ ਖੜ੍ਹੀ ਨਜ਼ਰ ਨਹੀਂ ਆਉਂਦੀ, ਲਾਈਟ ਪੈ ਗਈ ਜਾਂ ਨਹੀਂ ਨਜ਼ਰ ਆਈ, ਅਤੇ ਰਿਫਲੈਕਟ ਜਦੋਂ ਉਹਦੇ ਲਾਈਟ ਪੈਂਦੀ ਹੈ ਤਾਂ ਦੀਂਹਦੀ ਹੈ, ਚਮਕਦਾ ਹੈ ਦੂਰੋਂ ਵੀ ਕੋਈ ਚੀਜ਼ ਖੜ੍ਹੀ ਹੈ, ਅਤੇ ਉੱਥੇ ਇਸ ਗੱਲ ਦਾ ਬੜਾ ਫਰਕ ਪੈਂਦਾ ਵੀ ਬੰਦਾ ਸੇਫ ਰਹਿੰਦਾ। ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਲੈ ਕੇ? ਪਾਲਣਾ ਇਹ ਹੈ ਕਿ ਛੋਟੇ ਬੱਚੇ ਜਿਹੜੇ ਹੁੰਦੇ ਨੇ ਟੀਨੇਜ ਦੇ ਵਿੱਚ ਫੈਮਿਲੀਆਂ ਉਹਨਾਂ ਨੂੰ ਵਹੀਕਲ ਦੇ ਦਿੰਦੇ ਨੇ ਅਤੇ ਬਿਨਾਂ ਹੈਲਮਟ ਤੋਂ ਹੁੰਦੇ ਨੇ, ਅਤੇ ਜਿਹੜੀ ਕਾਰ ਹੈ ਸੇਫਟੀ ਬੈਲਟ ਤੋਂ ਬਿਨਾਂ ਰੋਡ 'ਤੇ ਚੜ ਜਾਂਦੇ ਨੇ। ਅਤੇ ਇਹ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੀ ਕੰਪਨੀਆਂ ਨੇ ਉਹ ਸੇਫਟੀਆਂ ਬਣਾਈਆਂ ਨੇ, ਕੁਛ ਸਰਕਾਰਾਂ ਨੇ ਬਹੁਤ ਜ਼ਿਆਦਾ ਡੂੰਘਾਈ ਨਾਲ ਸੋਚ ਕੇ ਇਹ ਉਪਰਾਲੇ ਕੀਤੇ ਨੇ। ਹੈਲਮਟ ਦਾ ਹੋ ਗਿਆ, ਟੀਨੇਜ ਦਾ ਬੱਚਾ ਹੋ ਗਿਆ, ਇੱਕ ਜਿਹੜੀ ਬੈਲਟ ਦਾ ਹੋ ਗਿਆ, ਵੀ ਆਪਾਂ ਨੂੰ ਬਹੁਤ ਸੇਫ ਰੱਖਦੇ ਨੇ। ਇਹਨਾਂ ਨੂੰ ਇਗਨੋਰ ਕਰਾਂਗੇ ਤਾਂ ਸਾਡਾ ਨੁਕਸਾਨ ਹੁੰਦਾ, ਜਾਨ ਹੈ ਤਾਂ ਜਾਨ ਹੈ ਅਸੀਂ ਕਹਿੰਦੇ ਹੁੰਦੇ ਹਾਂ ਇਹ। ਅਤੇ ਆਪਣੀ ਬਹੁਤ ਜ਼ਿਆਦਾ ਸੇਫਟੀ ਰੱਖੋ ਅਤੇ ਰੂਲ ਦੀਆਂ ਪਾਲਣਾ ਕਰੋ, ਜੇ ਸੇਫ ਜੇ ਟ੍ਰੈਫਿਕ ਦੇ ਰੂਲ ਹੁੰਦੇ। ਸੋ ਕਾਫੀ ਨੌਜਵਾਨ ਜਿਹੜੇ ਹੁੱਲੜਬਾਜ਼ੀ ਕਰਦੇ ਨੇ, ਉਹ ਵੱਡੇ ਬੂਫਰ ਲਾ ਕੇ ਟਰੈਕਟਰਾਂ 'ਤੇ ਘੁੰਮਦੇ ਰਹੇ, ਉਹਨਾਂ ਲਈ ਕੋਈ ਆਪਾਂ ਸਖਤੀ ਕਰ ਰਹੇ ਹਾਂ? ਇਹਨਾਂ ਲਈ ਬਿਲਕੁਲ ਕਰ ਰਹੇ ਹਾਂ ਜੀ, ਅਤੇ ਇਹਨਾਂ ਨੂੰ ਬਿਲਕੁਲ ਰੋਕਿਆ ਜਾ ਰਿਹਾ ਸਮੇਂ ਸਮੇਂ 'ਤੇ। ਸਾਨੂੰ ਉੱਪਰੋਂ ਹਾਈ ਕੋਰਟ ਤੋਂ ਵੀ ਹੁਕਮ ਆਏ ਨੇ ਵੀ ਜਿਹੜੇ ਇੱਦਾਂ ਦੇ ਸ਼ਰਾਰਤੀ ਅਨਸਰ ਨੇ ਇਹਨਾਂ ਦੇ ਇਹਨਾਂ ਨੂੰ ਰੋਕਿਆ ਜਾਵੇ ਅਤੇ ਸਮਝਾਇਆ ਜਾਵੇ, ਔਰ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇ, ਚਲਾਨ ਕੀਤਾ ਜਾਵੇ। ਕਿੰਨੇ ਕੁ ਟਰੈਕਟਰ ਟਰਾਲੀਆਂ ਦੇ ਰਿਫਲੈਕਟਰ ਵਗੈਰਾ ਚਲਾਏ ਗਏ ਅੱਜ? ਕਰੀਬ 300-400 ਦੇ ਤਾਂ ਰਿਫਲੈਕਟਰ ਲਾਤੇ ਨੇ, ਅਤੇ ਹੋਰ ਅਸੀਂ ਲਗਾਤਾਰ ਸਾਡੇ ਵੀਰ ਇਹ ਸੇਵਾ ਨਿਭਾ ਰਹੇ ਨੇ ਰਿਫਲੈਕਟਰ ਲਾਉਣ ਦੀ। ਤੁਹਾਡਾ ਬਹੁਤ ਬਹੁਤ ਮੇਰੀ ਧੰਨਵਾਦ ਮੀਡੀਆ ਦਾ ਜੋ ਕਵਰੇਜ ਕਰ ਰਹੇ ਹੋ, ਤੁਹਾਡੀ ਜਿਹੜੀ ਮਿਹਨਤ ਹੈ ਤੁਹਾਡੀ ਵੀ ਨਾਲ ਨਾਲ ਚੱਲ ਰਹੀ ਹੈ, ਧੁੱਪੇ ਤੁਸੀਂ ਵੀ ਖੜ੍ਹੇ ਹੋ, ਬਹੁਤ ਬਹੁਤ ਸ਼ੁਕਰੀਆ ਪੁਲਿਸ ਡਿਪਾਰਟਮੈਂਟ ਵੱਲੋਂ। ਅੱਜ ਜੀ ਨਾਭਾ ਥਰਮਲ ਪਲਾਂਟ ਰਾਜਪੁਰਾ ਦੇ ਸਹਿਯੋਗ ਨਾਲ ਜੀ ਸਾਡੇ ਡਿਸਟ੍ਰਿਕਟ ਇੰਚਾਰਜ ਅਤੇ ਸ੍ਰੀ ਜੋਗਿੰਦਰ ਸਿੰਘ ਜੀ ਪਟਿਆਲੇ ਤੋਂ ਆਏ ਨੇ ਜੀ। ਜਿਹੜੀ ਇਹ ਮੁਹਿੰਮ ਹੈ ਜੀ ਅਸੀਂ ਹਰ ਸਾਲ 2 ਵਾਰ ਜੀ ਚਲਾਉਂਦੇ ਹਾਂ, ਅਤੇ ਵੈਸੇ ਵੀ ਸਾਡਾ ਸੁਰੱਖਿਆ ਸਪਤਾਹ ਮਨਾਉਂਦੇ ਜੀ, ਮਹੀਨਾ ਮਨਾਉਂਦੇ ਹਾਂ, ਉਹਦੇ ਵਿੱਚ ਵੀ ਸਾਡੇ ਵੱਲੋਂ ਟਰੈਕਟਰ ਟਰੋਲੀ ਦੇ ਆਦਿ ਦੇ ਵਿੱਚ ਰਿਫਲੈਕਟਰ ਲਗਾਏ ਜਾਂਦੇ ਨੇ। ਅਤੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾਂਦਾ ਕਿ ਦੇਖੋ ਜੀ ਜਿਹੜਾ ਵਹੀਕਲ ਹੈ ਆਪਣਾ ਇਹਦੇ ਪਿੱਛੇ ਜੀ ਤੁਸੀਂ ਤੁਹਾਡੇ ਲਾਈਟ ਨਹੀਂ ਹੁੰਦੀ, ਅਤੇ ਉਸ ਦੇ ਕਰਕੇ ਜੇ ਰਿਫਲੈਕਟਰ ਜੇਕਰ ਵਹੀਕਲ ਖਰਾਬ ਹੋ ਜੇ ਸੜਕ 'ਤੇ ਖੜ੍ਹਾ ਹੋਏ, ਸੜਕ 'ਤੇ ਚੱਲਦੇ ਸਮੇਂ ਆਮ ਤੌਰ 'ਤੇ ਟਰੈਕਟਰ ਟਰੋਲੀ ਜਿਹੜੀ ਹੈ ਉਹ ਦਿਖਦੀ ਨਹੀਂ ਹੈਗੀ, ਤਾਂ ਲਾਈਟ ਪੈਂਦੀ ਹੈ, ਹੈੱਡਲਾਈਟ ਪੈਂਦੀ ਉਸ 'ਤੇ ਦਿਖਦਾ, ਅਤੇ ਇਹ ਸਾਡੇ ਵੱਲੋਂ ਜੀ ਅੱਜ ਰਿਫਲੈਕਟਰ ਦੇ ਲਗਾਏ ਜਾ ਰਹੇ ਹਾਂ, ਸ਼ਾਮ ਤੱਕ ਮੁਹਿੰਮ ਜਾਰੀ ਰਹੇਗੀ। ਉੱਧਰ ਇਸ ਮੌਕੇ 'ਤੇ ਥਰਮਲ ਪਲਾਂਟ ਦੇ ਮੈਂਬਰਾਂ ਨੇ ਕੀ ਕੁਝ ਕਿਹਾ, ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ।
ਅੱਜ ਨਾਭਾ ਪਾਵਰ ਲਿਮਿਟਡ ਥਰਮਲ ਪਲਾਂਟ ਰਾਜਪੁਰਾ ਵੱਲੋਂ ਜਿਹੜਾ ਸਾਡਾ ਵਢਾਈ ਦਾ ਸੀਜ਼ਨ ਹੈਗਾ ਆ, ਇਹਨੂੰ ਦੇਖਦੇ ਹੋਏ ਰਿਫਲੈਕਟਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਾਲ ਦੇ ਵਿੱਚ ਦੋ ਵਾਰੀ ਅਸੀਂ ਇਹ ਜਿਹੜੀ ਮੁਹਿੰਮ ਹੈ ਸਾਡੇ ਟ੍ਰੈਫਿਕ ਪੁਲਿਸ ਉਹਦੇ ਸਹਿਯੋਗ ਨਾਲ ਅਸੀਂ ਕਰਦੇ ਹਾਂ। ਖਾਸ ਤੌਰ 'ਤੇ ਜਿਹੜੇ ਟਰੈਕਟਰ ਟਰਾਲੀਆਂ ਨੇ ਜਾਂ ਹੋਰ ਮੰਡੀ ਦੇ ਵਿੱਚ ਵਹੀਕਲ ਆਉਂਦੇ ਨੇ ਜਿਨ੍ਹਾਂ 'ਤੇ ਰਿਫਲੈਕਟਰ ਨਹੀਂ ਹੁੰਦੇ, ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ 'ਤੇ ਇਸ ਦੋ ਮੁਹਿੰਮ ਦੇ ਵਿੱਚ ਅਪ੍ਰੈਲ ਅਕਤੂਬਰ 'ਚ ਕਵਰ ਕਰਦੇ ਹਾਂ। ਨਾਲ ਨਾਲ ਸਾਡਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਵੀ ਰਹਿੰਦੀ ਹੈ ਵੀ ਜਿਹੜੀ ਰੂਟ ਸੇਫਟੀ ਹੈਗੀ ਹੈ ਉਹਨੂੰ ਲੈ ਕੇ ਅਸੀਂ ਜ਼ਿੰਮੇਵਾਰੀ ਸਮਝੀਏ ਅਤੇ ਜਿਹੜੇ ਹਦਾਇਤਾਂ ਨੇ ਟ੍ਰੈਫਿਕ ਪੁਲਿਸ ਦੀਆਂ ਉਹਨੂੰ ਅਸੀਂ ਮੰਨੀਏ, ਕਿਉਂਕਿ ਛੋਟੀ ਜਿਹੀ ਅਣਗਹਿਲੀ ਦੇ ਨਾਲ ਬਹੁਤ ਕੀਮਤੀ ਜਾਨਾਂ ਜਾਂਦੀਆਂ ਨੇ, ਨੁਕਸਾਨ ਹੁੰਦਾ ਆ। ਅਤੇ ਕਈ ਵਾਰੀ ਟ੍ਰੈਫਿਕ ਪੁਲਿਸ ਜਿਹੜੀ ਸਖਤੀ ਦਿਖਾਉਂਦੀ ਆ ਉਹਦਾ ਕਈ ਵਾਰੀ ਪਬਲਿਕ ਵੱਲੋਂ ਕਈ ਵਾਰੀ ਨਾਰਾਜ਼ੀ ਜਾਂ ਵਿਰੋਧ ਵੀ ਹੁੰਦਾ ਆ, ਪਰ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਉਹਨਾਂ ਦੀ ਸੇਫਟੀ ਵਾਸਤੇ ਆ। ਛੋਟੇ ਬੱਚਿਆਂ ਨੂੰ ਵਹੀਕਲ ਨਾ ਦੇਣ, ਜਨਮ ਜੀ ਦੀ ਜਿਹੜੇ ਵਹੀਕਲ ਸੜਕਾਂ 'ਤੇ ਚਲਾਉਂਦੇ ਰਹਾ ਯੂਥ ਉਹ ਨਾ ਚਲਾਵੇ, ਰਿਫਲੈਕਟਰ ਪ੍ਰੋਪਰ ਲੱਗਣ, ਪਾਰਕਿੰਗ ਪ੍ਰੋਪਰ ਹੋਵੇ, ਅਤੇ ਇਹੀ ਸਾਡਾ ਮੈਸੇਜ ਹੁੰਦਾ ਹੈ ਜੀ। ਅਤੇ ਨਾਲ ਨਾਲ ਮੈਂ ਇੱਕ ਹੋਰ ਬੇਨਤੀ ਜ਼ਰੂਰ ਕਰੂੰਗਾ, ਜਿਹੜਾ ਸਾਡਾ ਰਾਜਪੁਰੇ ਦਾ ਮੀਡੀਆ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਰਿਹਾ ਹੈ, ਤਾਂ ਮੈਂ ਇੱਕ ਬੇਨਤੀ ਕਰੂੰਗਾ ਵੀ ਉਹ ਅਜਿਹੀਆਂ ਚੀਜ਼ਾਂ ਨੂੰ ਉਹ ਪ੍ਰਮੁੱਖਤਾ ਦੇ ਨਾਲ ਜ਼ਰੂਰ ਅੱਗੇ ਰੱਖਣ, ਤਾਂ ਕਿ ਪਬਲਿਕ ਨੂੰ ਉਹ ਇੱਕ ਸੇਧ ਜਿਵੇਂ ਦਿੰਦੇ ਆ ਰਹੇ ਨੇ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਵੀ, ਉਹ ਵਿਸ਼ੇਸ਼ ਤੌਰ 'ਤੇ ਜਿਹੜਾ ਨੌਜਵਾਨ ਵਰਗ ਹੈ ਜਾਂ ਬੱਚਿਆਂ ਜਿਹੜਾ ਛੋਟੇ ਬੱਚੇ ਨੇ ਪਰਿਵਾਰਕ ਮੈਂਬਰ ਉਹਨਾਂ ਨੂੰ ਵੀ ਉਹ ਜ਼ਰੂਰ ਸੇਧ ਦਿੰਦੇ ਰਹਿਣ। ਉਹ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੇ ਤੁਹਾਡੇ ਧਿਆਨ 'ਚ ਆਉਂਦੀਆਂ ਨੇ ਉਹ ਜ਼ਰੂਰ ਸਾਹਮਣੇ ਲਿਆਓ। ਤੁਸੀਂ ਦੇਖਿਆ ਹੋਣਾ ਰਾਜਪੁਰਾ ਜਿਹੜਾ ਹਾਈਵੇ ਹੈਗਾ ਦਿੱਲੀ ਅੰਮ੍ਰਿਤਸਰ, ਇੱਥੇ ਰਾਜਪੁਰਾ ਵਿੱਚੋਂ ਨਿਕਲਦਾ ਕਾਫੀ ਵੱਡੇ ਹਾਦਸੇ ਨੇ ਜਿਹੜੇ ਤੁਸੀਂ ਕਵਰ ਕੀਤੇ ਨੇ ਪਿੱਛੇ ਜੇ, ਅਤੇ ਉਹ ਤੁਹਾਨੂੰ ਦੇਖ ਕੇ ਲੱਗਿਆ ਹੋਣਾ ਵੀ ਛੋਟੀਆਂ ਛੋਟੀਆਂ ਅਣਗਹਿਲੀਆਂ ਹੋਈਆਂ ਨੇ ਜਿਹਦੇ ਕਰਕੇ ਕੀਮਤੀ ਜਾਨਾਂ ਗਈਆਂ ਨੇ, ਅਤੇ ਉਸੇ ਦਾ ਹਿੱਸਾ ਆ। ਦੇਖਦੇ ਹਾਂ ਵੀ ਸਮਾਜ ਵਿੱਚ ਇਹਨੂੰ ਅਸੀਂ ਕਿੱਥੇ ਤੱਕ ਲੈ ਕੇ ਜਾਂਦੇ ਹਾਂ, ਕਿੰਨਾ ਕੁ ਡੂੰਘਾਈ ਨਾਲ ਮੈਸੇਜ ਲੈ ਕੇ ਜਾਂਦੇ ਹਾਂ। ਸਾਡੇ ਅੱਜ ਵਿਸ਼ੇਸ਼ ਤੌਰ 'ਤੇ ਡਿਸਟ੍ਰਿਕਟ ਇੰਚਾਰਜ ਇੰਸਪੈਕਟਰ ਜੋਗਿੰਦਰ ਸਿੰਘ ਜੀ ਵੀ ਆਏ ਨੇ, ਸਾਡੇ ਰਾਜਪੁਰਾ ਦੇ ਟ੍ਰੈਫਿਕ ਇੰਚਾਰਜ ਗੁਰਬਚਨ ਜੀ, ਇਹਨਾਂ ਦੀ ਟੀਮ, ਇਹ ਸਾਰੀ ਸਾਡੇ ਬੜੀ ਸਹਿਯੋਗ ਕਰਦੀ ਹੈਗੀ ਆ, ਅਤੇ ਮੀਡੀਆ ਦਾ ਵੀ ਸਾਨੂੰ ਸਹਿਯੋਗ ਮਿਲਦਾ ਰਹਿੰਦਾ। ਮੀਡੀਆ ਉਹ ਇੱਕ ਪਲੇਟਫਾਰਮ ਹੈ ਜਿਹਦੇ ਨਾਲ ਇਸ ਅਨਾਜ ਮੰਡੀ ਦੇ ਵਿੱਚੋਂ ਮੈਸੇਜ ਨਿਕਲ ਕੇ ਬਹੁਤ ਵੱਡੇ ਪੱਧਰ 'ਤੇ ਪੰਜਾਬ ਪੱਧਰ 'ਤੇ ਹੋਰ ਜਿਹੜਾ ਆਪਣਾ ਯੂਥ ਯੂਟਿਊਬ 'ਤੇ ਬੈਠਾ ਹੋਇਆ ਉਹਨੇ ਵੀ ਦੇਖਣਾ ਆ, ਤਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਸਭ ਨੂੰ ਦੇ ਲਈ। ਰਾਜਪੁਰਾ ਤੋਂ ਐਕਸ਼ਨ ਪੰਜਾਬ ਵੈਬ ਨਿਊਜ਼ ਦੇ ਲਈ ਬਿਊਰੋ ਰਿਪੋਰਟ। ਐਕਸ਼ਨ ਪੰਜਾਬ, ਅਸਰ ਜੋ ਨਜ਼ਰ ਆਵੇ।